लुधियाणा के हलका आत्मनगर तो विधायक और लोक इंसाफ पार्टी के प्रमुख सिमरजीत सिंह बैंस के खिलाफ जबर जनाह के दोष लगाने वाली पीड़ित महिला वालों अज लुधियाणा के थाना डिवीजन नंबर 6 के बाहर पहुंच के पुलिस खिलाफ प्रदर्शन किया गया। इस मौके उन्होंने नाल कई अकाली दल के वर्कर भी मौजूद रहे। उन्होंने दोष लाया कि कोर्ट के आदेशों के बावजूद पुलिस सियासी दबाव के विच काम कर रही है और बैंस खिलाफ FIR दर्ज नहीं की जा रही। ਭੋਗਤੇ ਆਏ ਸੀਗੇ ਉਸ ਟਾਈਮ ਤਾਂ ਸਾਰੇ ਬੋਲ ਕੇ ਗਏ ਸੀ ਕਿ ਜੋਬ ਦਾ ਹੀ ਬਹੁਤ ਜਲਦੀ ਕੰਮ ਹੋ ਜਾਏਗਾ। ਕਦੀ ਕਹਿੰਦੇ ਨੇ ਕਿ ਸਾਨੂੰ ਪਰੂਫ ਲਿਆ ਕੇ ਦਿਖਾਓ ਕਿ ਹਾਂ ਕਰੋਨਾ ਨਾਲ ਹੀ ਡੈਥ ਹੋਈ ਸੀ। ਅਸੀਂ ਝੂਠ ਥੋੜ੍ਹੀ ਬੋਲਾਂਗੇ ਕਿ ਕਰੋਨਾ ਨਾਲ ਨਹੀਂ ਹੋਈ ਸੀ। ਸਾਡੇ ਘਰ ਦੀ ਹਾਲਤ ਵੀ ਠੀਕ ਨਹੀਂ ਹੈ। ਸਾਡੇ ਘਰ 'ਚ ਸਿਰਫ ਮੇਰੇ ਹਸਬੈਂਡ ਹੀ ਸੀ ਜੋ ਜੋਬ ਕਰਦੇ ਸੀ। ਹੁਣ 8-9 ਮਹੀਨੇ ਹੋ ਗਏ ਨੇ, ਕੋਈ ਵੀ ਇਨਕਮ ਦਾ ਸਾਧਨ ਨਹੀਂ ਹੈ ਹੁਣ ਸਾਡੇ ਕੋਲ। ਮੁੱਖ ਮੰਤਰੀ ਦੇ ਸੁਰੱਖਿਆ ਦਸਤੇ ਦਾ ਸਿਪਾਹੀ, ਮਾਂ ਬਾਪ, ਪਤਨੀ ਤੇ ਬੱਚਿਆਂ ਦਾ ਇੱਕ ਮਾਤਰ ਸਹਾਰਾ ਇਕਲੌਤਾ ਕਮਾਊ ਪੁੱਤ ਸੀ ਸ਼ਹੀਦ ਜਸਪਾਲ ਸਿੰਘ, ਜੋ ਕਿ ਆਪਣਾ ਫਰਜ਼ ਨਿਭਾਉਂਦਿਆਂ ਕੋਰੋਨਾ ਦੇ ਕਾਰਨ ਸ਼ਹੀਦ ਹੋ ਗਿਆ। ਕੀ ਅਜੇ ਵੀ ਇਹ ਪਰਿਵਾਰ ਤਰਸ ਦੇ ਆਧਾਰ ਤੇ ਨੌਕਰੀ ਦੇ ਲਾਇਕ ਨਹੀਂ? ਅਮੀਰ ਮੰਤਰੀਆਂ ਦੇ ਇਹ ਬੱਚੇ, ਮਹਿੰਗੀਆਂ ਗੱਡੀਆਂ ਤੇ ਕਰੋੜਾਂ ਦੀ ਸੰਪਤੀ ਦੇ ਮਾਲਕ, ਕੀ ਇਹ ਲੋਕ ਸੱਚਮੁੱਚ ਤਰਸ ਦੇ ਪਾਤਰ ਨੇ? ਪੰਜਾਬ ਮੰਗ ਦਾ ਜਵਾਬ। ਜਦ ਮੈਂ ਅੰਦਰ ਗਈ ਹਾਂ ਤਾਂ ਕਹਿੰਦੇ ਲਾਈਟ ਬੰਦ ਕਰਤੀ 10 ਮਿੰਟ ਬਾਅਦ, ਲਾਈਟ ਤਾਂ ਆਉਣੀ ਨੀ ਕਹਿੰਦੇ ਸਾਰਾ ਦਿਨ। ਕਲੀਅਰਲੀ ਨਾ ਕਰ ਰਹੇ ਨੇ ਕਿ ਅਸੀਂ ਨਹੀਂ ਕਰਨੀ FIR। ਅਦਾਲਤ ਤੋਂ ਉੱਪਰ ਹੋ ਗਏ ਪੋਲੀਟੀਕਲ ਲੀਡਰ, ਇਹਨਾਂ ਨੂੰ ਕਿੱਦਾਂ ਪਤਾ ਕਿ ਪੂਰਾ ਦਿਨ ਨਹੀਂ ਲਾਈਟ ਆਉਣੀ? ਇਹ ਤਾਂ ਹੁਣ ਇਹਨਾਂ ਨੂੰ ਪਤਾ ਹੋਣਾ। ਦੇਖੋ ਗੇਟ ਬੰਦ ਕਰਕੇ ਬੈਠੇ, ਕਹਿੰਦੇ ਬਾਹਰ ਖੜ ਜਾਓ ਮੈਡਮ, ਕੋਈ ਗੱਲ ਨਹੀਂ FIR ਨਹੀਂ ਦੇਣੀ, ਤੁਹਾਡੇ ਕੋਲ ਪਹੁੰਚਾ ਦਾਂਗੇ ਅਸੀਂ FIR। ਕਿੱਥੇ ਪਹੁੰਚਾਓਗੇ? ਤੁਹਾਡੇ ਕੋਲ ਆਫਿਸ ਪਹੁੰਚਾਉਣਗੇ ਸਾਡੇ। ਤੇ ਹੁਣ ਕੀ ਕਹਿਣਾ ਚਾਹੋਗੇ ਕਿ ਅੰਦਰੋਂ ਲਾਈਟਾਂ ਬੰਦ ਕਰਤੀਆਂ, ਕਹਿੰਦੇ ਕਿ ਲਾਈਟ ਹੀ ਨਹੀਂ ਹੈਗੀ, ਪਰ ਜਨਰੇਟਰ ਵੀ ਤਾਂ ਯੂਜ਼ ਕਰਦੇ? ਜਨਰੇਟਰ ਪ੍ਰੋਵਾਈਡ ਕਰਦੇ ਹਾਂ ਅਸੀਂ, ਕੰਪਿਊਟਰ ਵੀ ਪ੍ਰੋਵਾਈਡ ਕਰ ਦਿੰਦੇ ਹਾਂ, ਪਰ ਨਹੀਂ ਕਹਿੰਦੇ ਅਸੀਂ ਪਹੁੰਚਾ ਦਾਂਗੇ। ਸਾਫ਼ ਦੇਖ ਸਕਦੇ ਹੋ ਕਿ ਕਾਨੂੰਨ ਕਿੰਨਾ ਡਾ, ਪੁਲਿਸ ਕਿੰਨੀ ਡਾਊਨ ਲੈਵਲ 'ਚ ਨਹੀਂ ਗਈ ਹੈ। ਪੁਲਿਸ ਦੇ ਹੱਥਾਂ 'ਚ ਕੁਛ ਵੀ ਨਹੀਂ ਹੈਗਾ, ਜੋ ਵੀ ਆ ਪੋਲੀਟੀਕਲ ਲੀਡਰਾਂ ਦੇ ਹੱਥਾਂ 'ਚ ਹੈ। ਕਿੰਨੇ ਖਤਰਨਾਕ ਲੋਕ ਨੇ ਤੁਸੀਂ ਖੁਦ ਦੇਖ ਸਕਦੇ ਹੋ। ਪੁਲਿਸ ਵੀ ਉਹਨਾਂ ਨੇ, ਪੁਲਿਸ ਗੇਟ ਬੰਦ ਕਰਕੇ ਬਹਿ ਗਈ ਹੈ ਲਾਈਟ ਬੰਦ ਕਰਕੇ। ਨਹੀਂ ਹੋਈ, ਅਸੀਂ ਜਲਦੀ ਤੋਂ ਜਲਦੀ FIR ਲੌਚ ਕਰਕੇ ਤੁਹਾਨੂੰ ਕਾਪੀ ਮੁਹੱਈਆ ਕਰਾ ਦਾਂਗੇ। ਮਾਣਯੋਗ ਅਦਾਲਤ ਤੇ ਉੱਚ ਅਫਸਰਾਂ ਬਲਾਂ ਦੇ ਹੁਕਮ ਦੀ ਪਾਲਣਾ ਕਰ ਰਹੇ ਹਾਂ। ਅਸੀਂ ਤੇ ਲੋਕ ਸੇਵਕ ਹਾਂ, ਲੋਕਾਂ ਦੀ ਸੇਵਾ ਕਰ ਰਹੇ ਹਾਂ। ਤੁਹਾਡੇ ਵਾਸਤੇ, ਲੋਕਾਂ ਵਾਸਤੇ ਅਸੀਂ ਪੁਲਿਸ ਬਣੀ ਹੈ। ਸਰ 3-4 ਦਿਨ ਹੋ ਗਿਆ ਆਰਡਰ ਆਏ ਨੂੰ? ਸਰ ਉਹ ਆਰਡਰ ਤਾਂ ਸਾਨੂੰ ਰਿਸੀਵ ਪਰਸੋਂ ਹੋਏ ਨੇ ਸ਼ਾਮੀ, ਤੇ ਕੱਲ ਸਾਡੇ ਕੋਈ ਕੰਪਿਊਟਰ ਦੇ ਵਿੱਚ CCNT 'ਚ ਥੋੜਾ ਜਿਹਾ ਫਾਲਟ ਕਰਕੇ ਇਹ FIR ਲੌਜ ਨਹੀਂ ਹੋਈ। ਜਲਦੀ ਤੋਂ ਜਲਦੀ ਲੌਜ ਕਰਕੇ ਤੁਹਾਨੂੰ ਕਾਪੀ ਮਿਲ ਜਾਏ, ਪਤਾ ਲੱਗ ਜੂ। ਨੈਟ ਤੋਂ ਲੈ ਲਿਓ, ਨੈਟ ਤੋਂ ਲੈ ਲਿਓ। ਦਿਨਾਂ ਦੇ ਵਿੱਚ ਵੀ ਕਾਰਵਾਈ ਕੀਤੀ ਤੁਸੀਂ? ਹੁਣ ਪਿਛਲੇ ਬੀਤੇ 3 ਦਿਨਾਂ ਦੇ ਵਿੱਚ ਕੋਈ ਵੀ FIR ਦਰਜ ਨਹੀਂ ਕੀਤੀ ਥਾਣੇ 'ਚ? ਸਰ, ਮਾਣਯੋਗ ਅਦਾਲਤ ਦੇ ਹੁਕਮ ਦੀ ਪਾਲਣਾ ਕਰਨ ਦੀ ਸਟੇਟਸ ਰਿਪੋਰਟ ਅਸੀਂ 15 ਤਰੀਕ ਤੋਂ ਪਹਿਲਾਂ ਦੇਣੀ, ਉਹੀ ਘਰ ਤੁਹਾਨੂੰ ਕੱਲ ਅੱਜ ਹੀ ਦਰਜ ਕਰਕੇ ਦੇ ਦਿੰਦੇ। ਸਰ, ਤੁਸੀਂ ਕਹਿ ਰਹੇ ਹੋ ਵੀ ਟੈਕਨੀਕਲੀ ਫਾਲਟ ਇਸ ਕਰਕੇ ਅਸੀਂ FIR ਲੌਂਚ ਨਹੀਂ ਕਰ ਪਾ ਰਹੇ। ਮੈਂ ਤੁਹਾਨੂੰ ਇਹ ਗੱਲ ਪੁੱਛ ਰਿਹਾ ਵੀ ਪਿਛਲੇ 3 ਦਿਨਾਂ ਤੋਂ ਕਿ ਥਾਣੇ ਡਿਵੀਜ਼ਨ ਨੰਬਰ 6 ਦੇ ਵਿੱਚ ਕੋਈ ਵੀ FIR ਦਰਜ ਨਹੀਂ ਹੋਈ? ਜੀ, ਮੁਕੱਦਮੇ ਤਾਂ ਦਰਜ ਹੋਏ ਆ, ਪਰ ਹੁਣ ਜਿਹੜਾ ਇਹ ਜਿਹੜਾ ਟੈਕਨੀਕਲ ਫਾਲਟ ਕਰਕੇ ਫੋਨ ਕਰਕੇ ਥੋੜੀ ਜਿਹੀ ਦੇਰੀ ਹੋ ਰਹੀ ਹੈ। ਮੁਕੱਦਮਾ ਕਿਉਂ ਦਰਜ ਹੋ ਰਿਹਾ? ਨਹੀਂ ਨਹੀਂ ਨਹੀਂ, ਸਾਰੇ ਪਰਚੇ ਦਰਜ ਹੋਣਗੇ, ਇਹ ਵੀ ਹੋਏ ਆ, ਬਾਕੀ ਵੀ ਹੋਣਗੇ, ਜਿਹੜੇ ਨਵੇਂ ਹੋਣ ਵਾਲੇ ਉਹ ਵੀ ਹੋਣਗੇ। 7 ਮਹੀਨੇ ਕਦੋਂ ਹੋਊਗਾ? 7 ਮਹੀਨੇ ਨਹੀਂ, ਇਹ ਤਾਂ ਸਾਡੇ ਕੋਲੇ ਰਹਿ ਲੇ ਤੋਂ ਬਾਅਦ ਅੱਜ ਕੋਰਟ ਨੇ ਆਰਡਰ ਦਿੱਤੇ 7 ਤਰੀਕ ਨੂੰ। ਕੋਰਟ ਦੇ ਆਰਡਰ ਆਏ ਨੇ, ਸਾਨੂੰ ਪਰਚਾ ਦਰਜ ਕਰਨਾ, ਪਰ ਅਸੀਂ ਦਰਜ ਕਰ ਰਹੇ ਹਾਂ ਨਾ। ਕਿਉਂ ਨਹੀਂ ਕਰਵਾਈ ਕਰ? ਕਦੋਂ ਪਰਚਾ ਦਰਜ ਹੋਊਗਾ? ਪਰ ਹੁਣੇ ਕਰ ਰਹੇ, ਮਤਲਬ ਅੱਜ ਕਰ ਦਿੰਦੇ ਜਲਦੀ ਜਲਦੀ, ਜਦੋਂ ਆ ਫਾਰਮ ਦਾ ਲਾਈਨ ਦਾ FIR ਦੀ ਕਾਪੀ ਲੈਣ ਆਏ ਸੀ, ਪਰ ਇਹ ਇੰਨੇ ਪੋਲੀਟੀਕਲ ਪ੍ਰੈਸ਼ਰ ਵਿੱਚ ਦਬੇ ਹੋਏ ਆ, ਹਾਲੇ ਤੇ FIR ਕਰਨਾ ਨਹੀਂ ਚਾਹੁੰਦੇ। ਇਹ ਬੈਂਸ ਨੂੰ ਬਚਾਉਣ ਲਈ ਭਾਰਤ ਭੂਸ਼ਣ ਆਸ਼ੂ ਦੇ ਆਦੇਸ਼ 'ਤੇ ਪੈਂਡਿੰਗ ਰੱਖਣਾ ਚਾਹੁੰਦੇ ਆ, ਜਦ ਤੱਕ ਹਾਈ ਕੋਰਟ ਦੇ ਵਿੱਚ ਆਪਣੀ ਪਟੀਸ਼ਨ 'ਤੇ ਕੋਈ ਨਾ ਕੋਈ ਕਾਰਵਾਈ ਕਰਵਾਉਣ ਦਾ ਉਹਨੂੰ ਮੌਕਾ ਦੇਣਾ ਚਾਹੁੰਦੇ ਆ ਸਿਮਰਜੀਤ ਸਿੰਘ ਬੈਂਸ। ਅਤੇ ਹੁਣ ਇੱਧਰ ਵੀ ਬਿਜਲੀ ਹੈਗੀ, ਇੱਧਰ ਵੀ ਬਿਜਲੀ ਹੈ, ਹੁਣ ਸਵਿੱਚ ਆਫ ਕਰਤਾ, ਕਹਿੰਦੇ ਕਿ ਜੀ ਬਿਜਲੀ ਹੈ ਨਹੀਂ, ਇਸ ਕਰਕੇ ਸਾਡਾ ਸਿਸਟਮ ਨਹੀਂ ਚੱਲ ਰਿਹਾ। ਅਤੇ ਦੇਖੋ ਕਿੰਨੀਆਂ ਮਾੜੀਆਂ ਹਰਕਤਾਂ ਕਿ ਤੁਸੀਂ ਇੱਕ ਵਿਕਟਮ ਨੂੰ ਰਿਲੀਫ ਹੀ ਨਹੀਂ ਦੇ ਕੇ ਰਾਜੀ, ਅਦਾਲਤ ਦੇ ਹੁਕਮ ਦੇ ਬਾਅਦ ਨਹੀਂ ਦੇ ਕੇ ਰਾਜੀ, ਮਤਲਬ ਬੜਾ ਅਨਫੋਰਚੁਨੇਟ ਇੰਸੀਡੈਂਟ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ TV।
ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇਹਨਾਂ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।